ਫੜ ਲਓ ਫੜ ਲਓ ਮੈਂ ਫੋੜਾਂਗਾ ਨੀ ਵੀਰੇ ਤੁਸੀਂ ਜੰਗਲ ਜਾਲ ਲਾ ਲਓ ਇੱਥੇ ਫੜੋ 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 ਫੜ ਲਓ ਫੜ ਲਓ ਕੰਨਾਂ ਤੋਂ ਫੜ ਲਓ ਜੱਫੀ ਪਾ ਲਓ ਫੜ ਲਓ ਫੜ ਲਓ ਤਲਵਿੰਦਰ ਸਿੰਘ ਆ ਇਹ ਮਾਸਟਰ ਜੀ ਹੋਰਾਂ ਨੇ ਇਹਨਾਂ ਨੇ ਪ੍ਰਭਜੋਤ ਸਿੰਘ ਹੋਰਾਂ ਨੇ ਦੱਸਿਆ ਵੀ ਬਾਹਰ ਹੀ ਰਹਿੰਦੇ ਹਾਂ ਅਸੀਂ ਕਾਫੀ ਕੋਸ਼ਿਸ਼ ਕੀਤੀ ਕਿ ਉਹਨੂੰ ਫੜੀਏ ਨਾਲ ਸਾਡੇ ਹੋਰ ਵੀ ਕਾਫੀ ਜਣੇ ਜਿਹੜੇ ਲੱਗੇ ਆਣ ਕੇ ਅਤੇ ਭਾਅ ਜੀ ਹੋਰਾਂ ਨੇ ਜ਼ੋਰਾਵਰ ਸਿੰਘ ਹੋਰਾਂ ਨੇ ਫੋਨ ਕਰਕੇ ਜੰਗਲਾਤ ਵਿਭਾਗ ਨੂੰ ਵੀ ਬੁਲਾਇਆ ਉੱਥੋਂ ਵੀ ਮਤਲਬ ਕਿ ਨਾਲ ਬੰਦੇ ਆਏ ਸੀ ਪਰ ਉਹ ਕਾਫੀ ਸੰਘਰਸ਼ ਤੋਂ ਬਾਅਦ ਭੱਜ ਕੇ ਅਤੇ ਮਤਲਬ ਕਿ ਉੱਪਰੋਂ ਦੀ ਕੰਧ ਹੀ ਟੱਪ ਗਿਆ ਅਤੇ ਪੈਲੀਆਂ ਵੱਲ ਚਲੇ ਗਿਆ ਉਸ ਤੋਂ ਬਾਅਦ ਉਹ ਮਤਲਬ ਕਿ ਅਜੇ ਤੱਕ ਜਿਹੜੇ ਨੇ ਉਹ ਲੱਗੇ ਨੇ ਮਗਰ ਜੰਗਲਾਤ ਵਿਭਾਗ ਦੇ ਜਿਹੜੇ ਨੇ ਕਰਮਚਾਰੀ ਪਰ ਅਜੇ ਤੱਕ ਉਹ ਫੜਿਆ ਨਹੀਂ ਗਿਆ ਸ਼ਹਿਰੀ ਇਲਾਕੇ 'ਚੋਂ ਕਿੱਦਾਂ ਲੱਗਦਾ ਵੀ ਉਹ ਨਿਕਲ ਜੂਗਾ ਬਾਹਰ ਕੇ ਵੈਸੇ ਲੱਗਦਾ ਤਾਂ ਹੈ ਕਿਉਂਕਿ ਜੇ ਉਹ ਪੈਲੀਆਂ ਵੱਲ ਚਲੇ ਗਿਆ ਖੁੱਲ੍ਹੇ ਮੈਦਾਨੀ ਏਰੀਏ ਦੇ ਵਿੱਚ ਅਤੇ ਉੱਥੋਂ ਅੱਗੇ ਹੋ ਸਕਦਾ ਕਿ ਨਿਕਲ ਜੇ ਨਹਿਰੇ ਨਹਿਰ ਪੈ ਕੇ ਜੰਗਲਾਤ ਵਾਲੇ ਬੰਨੇ ਚਲੇ ਵੀ ਜਾ ਸਕਦਾ ਕੋਈ ਖਤਰਾ ਵੀ ਹੈਗਾ ਲੱਗਦਾ ਕੋਈ ਬੱਚਿਆਂ ਬੱਚਿਆਂ ਨੂੰ ਨਹੀਂ ਜੀ ਉਹਦੇ ਤੋਂ ਕੀ ਖਤਰਾ ਦੇ ਕੋਈ ਖਤਰਾ ਨਹੀਂ ਜੀ ਉਹਦੇ ਬੜਾ ਵਧੀਆ ਮਤਲਬ ਕਿ ਜਾਨਵਰ ਹੈ ਉਹ ਖਤਰੇ ਵਾਲੀ ਕੋਈ ਗੱਲ ਨਹੀਂ ਮੈਂ ਹਰਜੀਤ ਸਿੰਘ ਰੇਂਜ ਅਫਸਰ ਆ ਜੀ ਨਾਲਾ ਬੇਨਤੀ ਕਰਦਾ ਕਿ ਸਾਨੂੰ ਸ਼ਹਿਰ ਵਾਸੀਆਂ ਵੱਲੋਂ ਇੱਕ ਸੂਚਨਾ ਮਿਲੀ ਸ਼ਾਮੀ ਕਿ ਇੱਕ ਪਾੜਾ ਫਿਰਨ ਦੀ ਨਸਲ ਵਿੱਚੋਂ ਇੱਥੇ ਆਇਆ ਅਤੇ ਉਹਨੂੰ ਹੀ ਰੈਸਕਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਰੈਸਕਿਊ ਇਸ ਟਾਈਮ ਤੱਕ ਹੋ ਨਹੀਂ ਰਿਹਾ ਜੀ ਅਤੇ ਅਜੇ ਵੀ ਅਸੀਂ ਸਾਡੀ ਟੀਮ ਜਿਹੜੀ ਉਹ ਰੈਸਕਿਊ ਕਰਨ ਦੇ ਲਈ ਜਾਰੀ ਆ ਫੜ ਲਿਆ ਜਾਏਗਾ ਜਲਦ ਦੇਖੋ ਜੀ ਕੋਸ਼ਿਸ਼ ਕਰ ਰਹੇ ਹਾਂ ਹੁਣ ਹਨੇਰਾ ਹੋ ਰਿਹਾ ਅਤੇ ਹਨੇਰੇ ਦੇ ਬਾਵਜੂਦ ਕਿਤੇ ਹੋ ਸਕਦਾ ਵੀ ਉਹ ਨਿਕਲ ਵੀ ਸਕਦਾ ਸਾਡੇ ਕੋਲ ਅਤੇ ਕੋਈ ਖਤਰਨਾਕ ਤਾਂ ਨਹੀਂ ਹੈਗਾ ਜਾਨਵਰ ਨਹੀਂ ਜੀ ਇਹ ਕੋਈ ਖਤਰਨਾਕ ਜਾਨਵਰ ਨਹੀਂ ਗਾ ਇਹ ਆਮ ਹੀ ਜਾਨਵਰ ਇਹਨੂੰ ਸਾਡੇ ਕੋਲ ਇੱਥੇ ਸਾਡੇ ਕੋਲ ਕਮਾਲਪੁਰ ਜੰਗਲ ਆ ਜਿੱਥੇ ਅਸੀਂ ਆਪਣਾ ਉੱਥੇ ਛੱਡ ਕੇ ਆਵਾਂਗੇ ਜੀ